सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। सूत्रों के हवाले तो इस वेले दी अहम खबर आ रही है। संगरूर दे सिविल सर्जन कोरोना पॉजिटिव पाए गए ने। डॉक्टर राजकुमार दी कोरोना वायरस रिपोर्ट पॉजिटिव आई है, जिन्होंने पटियाला दे रजिंद्रा हस्पताल दे विच आइसोलेट किया गया। जानकारी के मुताबिक उन्होंने तेज बुखार सी, जिसके बाद उन्होंने टेस्ट कराया गया तो उन्होंने कोरोना वायरस की रिपोर्ट पॉजिटिव आई, जिस तों बाद हुण उन्होंने पटियाला दे रजिंद्रा हस्पताल दे विच आइसोलेट किया गया है। अगली खबर आ रही है अजनाला तो, जिथे साबका विधायक अमरपाल सिंह बोनी दे उते मामला दर्ज होया। अजनाला अते रामदास विच उन्हां अते उन्हां दे साथियां खिलाफ मामला दर्ज किया गया। सोशल डिस्टेंस अते ट्रैफिक दे विच विघन पैण दे चलदे मामला दर्ज किया गया। दरअसल बीते दिन सूबे भर दे विच श्रोमणी अकाली दल दे वल्लों प्रदर्शन किए गए सन। अजिहा एक प्रदर्शन बोनी अजनाला दे वल्लों भी किया गया, जिसके चलते यह मामले दर्ज किए गए ने। जिसके बाद अमरपाल सिंह बोनी का कहना है कि लोगों का भारी कट वेख के सत्ताधारी कांग्रेस बुखला गई है, जिसके चलते अजिही कार्रवाई की गई है। अजनाला ने सवाल भी चुके ने कि कुछ दिन पहला कांग्रेस अते आप ने सूबे भर दे विच धरने लाए गए सन, पर जदों अकाली दल ने धरने लाए तो उदों उन्हां दे खिलाफ मामला दर्ज हो गया। अजनाला ने यह भी कहा कि अकाली दल परचियां तो नहीं डरता। ਸਾਡੇ ਤੇ ਅਜਨਾਲੇ ਥਾਣੇ ਤੇ ਰਮਦਾਸ ਥਾਣੇ 'ਚ ਸ਼੍ਰੋਮਣੀ ਅਕਾਲੀ ਅਜਨਾਲੇ ਥਾਣੇ 'ਚ ਮੇਰੇ ਤੇ 100 ਦੇ ਅਨ ਕਰੀਬ ਸ਼੍ਰੋਮਣੀ ਅਕਾਲੀ ਦੇ ਵਰਕਰ ਸਾਹਿਬਾਨ ਦੇ ਰਮਦਾਸ ਬਾਈ ਨੇ ਪੰਜ ਜਾਣਿਆਂ ਦੇ ਸਾਡੇ ਦੇ ਪਰਚਾ ਰਜਿਸਟਰਡ ਕੀਤਾ ਗਿਆ। ਇਹ ਕਿਹੜੀ ਇਹ ਪਰਚਾ ਇਸ ਕਰਕੇ ਰਜਿਸਟਰਡ ਕੀਤਾ ਗਿਆ ਕਿ ਕਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ, ਯੂਥ ਅਕਾਲੀ ਦਲ ਦੇ ਵਰਕਰ ਸਾਹਿਬਾਨ ਅਤੇ ਜਿਹੜੀ ਇਸਤਰੀ ਅਕਾਲੀ ਦਲ ਦੇ ਵਰਕਰ ਸਾਹਿਬਾਨ, ਉਹਨਾਂ ਦਾ ਉਹਨਾਂ ਜੁਝਾਰੂ ਵਰਕਰਾਂ ਦਾ ਇਕੱਠ ਵੇਖ ਕੇ ਸੰਗਤ ਵੇਖ ਕੇ ਬੁਗਲਾਟ ਜਾਣ ਕੇ ਸਾਡੇ ਭਏ ਸਾਰੇ ਜਿਹੜੇ ਪਰਚੇ ਰਜਿਸਟਰ ਕੀਤੇ ਗਏ ਆ। ਇਹ ਜਿਹੜੇ ਪਰਚੇ ਦਾ ਮੁੱਖ ਕਾਰਨ ਇਹ ਆ ਕਿ ਅਸੀਂ ਇਸ ਸਰਕਾਰ ਦੀ ਨਾਕਾਮੀ, ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਨੂੰ ਹੁਕਮ ਹੋਇਆ ਸੀ ਡੀਜ਼ਲ ਤੇਲ ਦੀਆਂ ਕੀਮਤਾਂ ਦੇ, ਅਤੇ ਜਿਹੜੇ ਗਰੀਬਾਂ ਦੇ ਰਾਸ਼ਨ ਦਾਲ ਆਟੇ ਦੇ ਕਾਰਡ ਕੱਟੇ ਗਏ ਸੀ, ਉਹਨਾਂ ਦਾ ਹਾਲ ਦਾ ਨਾਰਾ ਮਾਰਨਾ, ਪੰਜਾਬ ਦੇ ਪੰਜਾਬੀਅਤ ਦੀ, ਮਜ਼ਦੂਰਾਂ ਦੀ, ਗਰੀਬਾਂ ਦੀ, ਕਿਸਾਨਾਂ ਦੀ, ਮੁਲਾਜ਼ਮਾਂ ਦੀ ਗੱਲ ਕਰਨੀ ਹੈ, ਪੰਜਾਬ ਵਾਸਤੇ ਗੱਲ ਕਰਨੀ ਆ, ਲੋਕ ਹਿੱਤਾਂ ਦੀ ਰਾਖੀ ਦੀ ਗੱਲ ਕਰਨੀ ਆ। ਇਹਦੀ ਬੁਖਲਾਹਟ ਜਾਣ ਕੇ ਇਹਨਾਂ ਨੇ ਸਾਡੇ ਦੇ ਪਰਚੇ ਰਜਿਸਟਰ ਹਫ਼ਤਾ 10 ਦਿਨ ਪਹਿਲਾਂ ਤੁਸੀਂ ਵੇਖਿਆ ਹੋਊਗਾ, ਕਾਂਗਰਸ ਨੇ ਵੀ ਅਤੇ ਆਪ ਨੇ, ਜਿਹਨੂੰ ਅਸੀਂ ਏ ਟੀਮ ਕਾਂਗਰਸ ਅਤੇ ਬੀ ਟੀਮ ਆਪ ਨੂੰ ਹੀ ਕਹਿੰਦੇ ਹਾਂ, ਉਹਨਾਂ ਨੇ ਵੀ ਧਰਨੇ ਦਿੱਤੇ ਸੀ ਤੇਲ ਦੀਆਂ ਕੀਮਤਾਂ ਵਧਣ ਦੇ ਸੰਬੰਧ ਦੇ ਵਿੱਚ। ਉਹ ਤੁਸੀਂ ਵੇਖੋ ਉਹਨਾਂ ਦੀਆਂ ਫੋਟੋਆਂ ਤੱਕ ਵੇਖਿਓ, ਉੱਥੇ ਸੋਸ਼ਲ ਡਿਸਟੈਂਸਿੰਗ ਵੱਖਰੀ ਆ ਸਾਡੇ ਨਾਲੋਂ ਜਾਂ ਅਸੀਂ ਵੱਖਰੇ ਹਾਂ। ਇਹਦੇ ਤਾਂ ਇਤਰਾ ਕਰਦੇ ਪਏ ਕਿ ਜਿਸ ਤਰ੍ਹਾਂ ਅਸੀਂ ਪਾਕਿਸਤਾਨ 'ਚੋਂ ਤਾਰਾਂ ਟੱਪ ਆਏ ਹੋਏ ਬਾਰਡਰ 'ਤੇ ਬੈਠੇ, ਪਾਕਿਸਤਾਨੀ ਆ ਕੇ ਸਾਡੇ 'ਤੇ ਪਰਚਾ ਕਰ ਦਿਓ, ਅਤੇ ਇਹ ਹਿੰਦੁਸਤਾਨੀ ਨੇ ਸਪੈਸ਼ਲ ਕਾਨੂੰਨ, ਇਹ ਸੰਵਿਧਾਨ ਸਾਰਿਆਂ ਲਈ ਬਰਾਬਰ ਆ, ਇਹ ਕਾਣੀ ਵੰਡ ਕਰਦੇ ਆ, ਪਰ ਇਹ ਜਿਹੜੀਆਂ ਗਿੱਦੜ ਧਮਕੀਆਂ ਜਾਂ ਕਿਸੇ ਪਰਚੇ ਕਰਾ ਕੇ ਸਾਨੂੰ ਡਰਾਉਂਦੇ ਅਤੇ ਭਗਾਉਂਦੇ, ਡਰਨ ਧਮਕਣ ਵਾਲੇ ਨਹੀਂ ਆ। ਸਾਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜੋ ਵੀ ਸਾਨੂੰ ਕੁਰਬਾਨੀ ਦੇਣੀ ਪਈ, ਜੇਲ੍ਹਾਂ ਭਰਨੀਆਂ ਪੈਣ ਜਾਂ ਸਾਨੂੰ ਇਹ ਤੋਂ ਵੱਧ ਵੀ ਕੁਰਬਾਨੀ ਦੇਣੀ ਪਏ ਪੰਜਾਬ ਦੇ ਹਿੱਤਾਂ ਲਈ, ਸਾਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਸੀਂ ਡਟ ਕੇ ਇਹ ਪਹਿਰਾ ਦੇਵਾਂਗੇ। ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਬੀਤੇ ਦਿਨ ADC ਜਨਰਲ ਅਮਰਜੀਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਹੁਣ ADC ਜਗਰਾਉਂ ਨੀਰੂ ਕਤਿਆਲ ਗੁਪਤਾ 'ਚ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਮਹਿਕਮੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 40 ਤੋਂ ਜ਼ਿਆਦਾ ਲੋਕਾਂ ਦੇ ਕੋਰੋਨਾ ਸੰਬੰਧੀ ਟੈਸਟ ਕੀਤੇ ਗਏ ਜੋ ਕਿ DC ਦਫ਼ਤਰ 'ਚ ਕੰਮ ਕਰਦੇ ਸਨ, ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਹਨਾਂ 'ਚੋਂ ਜ਼ਿਆਦਾਤਰ ਰਿਪੋਰਟਾਂ ਆਉਣੀਆਂ ਅਜੇ ਬਾਕੀ ਨੇ। ਸਿਹਤ ਮਹਿਕਮੇ ਦੇ ਮੁਤਾਬਿਕ ਕੁਝ ਅਧਿਕਾਰੀਆਂ ਦੇ ਟੈਸਟ 4 ਦਿਨ ਬਾਅਦ ਕੀਤੇ ਜਾਣਗੇ। DC ਵਰਿੰਦਰ ਸ਼ਰਮਾ ਵੱਲੋਂ ਆਪਣੀ ਮਰਜ਼ੀ ਨਾਲ ਬੀਤੇ ਦਿਨ ਕਰਾਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਸੀ। ਦੱਸ ਦਈਏ ਕਿ ਬੀਤੇ ਦਿਨ ADC ਅਮਰਜੀਤ ਸਿੰਘ ਬੈਂਸ, STM ਖੰਨਾ, ਸੰਦੀਪ ਸਿੰਘ ਸਮੇਤ 78 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਪਾਈ ਗਈ ਸੀ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 1,183 ਤੱਕ ਪਹੁੰਚ ਗਈ ਹੈ, ਜਦੋਂ ਕਿ 27 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
पंजाब च वख वख इलाकों च पै रहे मीह कारण मौसम सुहावना हो गया है। जिला लुधियाना च भी सवेर तो ही लगातार मीह पै रहा है। मौसम महकमे ने भविष्यवाणी की है कि आने वाले दो दिनों तक इसी तरह पंजाब के वख वख हिस्सों के मीह दी छैबर लगिया रहनगियां। पंजाब खेतीबाड़ी यूनिवर्सिटी के मौसम विभाग की मुखी डॉक्टर प्रभजोत कौर ने दसिया कि बीती रात तो लैके हूं तक 17 mm मीह पै चुका है, जदों की जुलाई के पहले हफ्ते की गल की जाए तो एक हफ्ते 63 mm बारिश हो चुकी है। उन्होंने दसिया कि जुलाई महीने च औसत 200 mm तक मीह पैंदा है। डॉक्टर प्रभजोत कौर ने कहा कि आउंदे दो दिन तक पंजाब के हिस्सों च मानसून काफी सरगर्म है, इसलिए दो दिन लगभग पंजाब के हर हिस्से च मीह पेगा। अगली खबर चंडीगढ़ तो, जो तुहानू यह सोचने दे लई मजबूर कर देगी कि यह इंसानियत है। चंडीगढ़ दे सेक्टर 17 दीआं तस्वीरां ने जिथे एक औरत दी कुटमार कीती गई है, कुटमार भी कई नौजवानों ने मिलके कीती है। लगातार वीडियो सोशल मीडिया ते वायरल हो रही है। इस वीडियो दे विच तुसीं वेख सकदे हो कि किस तरह नौजवान इकट्ठे हुए ने, किस तरीके दे नाल औरत दे वाल खिंच के उसनू धोया जा रहा है, शरेआम कुटमार कीती जा रही है। हैरानी दी गल इह रही कि इन्नी भीड़ होण दे बावजूद भी इह बदमाश नौजवान औरत नू कुटदे रहे। वीडियो जरूर बनी परंतु किसी ने भी औरत नू छुड़ाउण दी कोशिश ना कीती। भीड़ तमाशा जरूर वेखती रही। तस्वीरां वेख के इंज जरूर लगदा है कि इत्थे सारे बुजदिल मौजूद सन। फिलहाल इस जोड़े ने अपनी शिकायत पुलिस को दी है। फिलहाल पुलिस जांच तो बाद ही अगली कार्रवाई अमल विच लियाउण दी गल आख रही है। पंजाब की कांग्रेस सरकार ने लोगों नूं वड्डा झटका दिता है। पंजाब कैबिनेट ने सूबे च इंतकाल फीस च वादा करते हुए 300 रुपए तो 600 रुपए कर दिती है। इस वादे दे नाल पंजाब सरकार नूं सिद्धा सिद्धा 10 करोड़ दा रेवन्यू आएगा। लगभग 8 साल बाद पंजाब विच इंतकाल दी फीस विच वादा कीता गया है। पंजाब सरकार दे एक बुलारे ने दस्सिया कि सरकार वल्लों इह फैसला सूबे दा रेवन्यू वधाउण अते मालिया च वाधा करन लई कीता गया है। माल महकमे वल्लों पंजाब सरकार नूं लिखती रूप विच इंतकाल फीस वधाउण दी मंग कीती गई सी। सरकार दे इस फैसले नाल वड्डी माली सट किसानां अते मजदूरां नूं वजेगी। इंतकाल फीस दुगनी होण नाल पंजाब दे लोकां ते सालाना 25 करोड़ दा नवां भार पएगा। देश कोविड 19 दे लगातार वाधे प्रकोप दरमियान कोरोना पीड़ितों की गिनती 7.42 लाख हो गई है और मृतकों का आंकड़ा 20,642 ते पहुंच गया है। केंद्रीय सेहत और परिवार कल्याण मंत्रालय वालों बुधवार को जारी आंकड़ों के अनुसार देश भर पिछले 24 घंटों दौरान कोरोना इन्फेक्शन के 22,792 नवे मामले सामने आए हैं, जिस नाल पीड़ितों की गिनती 7,42,417 हो गई है। इस म्याच 482 लोगों की मौत नाल मृतकों की गिनती बढ़ के 20,642 हो गई है। इस दौरान 16,883 रोगी सेहतमंद हुए ने, जिन्हों मिला के हूं तक कुल 456,831 लोग रोग मुक्त हो चुके ने। देश हूं कोरोना इन्फेक्शन के 264,944 सरगर्म मामले ने।